हमारे आगे शर्त रखी, या तो आप सबको 10 साल की जेल होगी या फिर हमारे साथ एक कॉन्ट्रैक्ट साइन कर लो। या वो उनकी भाषा में था, हमें नहीं पता था उसमें क्या क्या लिखा है। ਕਿੱਦਾਂ ਉਹਨਾਂ ਨੂੰ ਗਾਂ ਭਰਤੀ ਕੀਤਾ, ਕੀ ਕੀਤਾ ਕੀ ਨਹੀਂ ਕੀਤਾ, ਉਸ ਤੋਂ ਸਾਡੀ ਗੱਲ ਹੀ ਨਹੀਂ ਹੋਈ ਉਹਨਾਂ ਦੇ ਨਾਲ। हमारे साथ धोखा हुआ है, उन्होंने हमें आर्मी में भर्ती कर लिया है। कह रहे हैं कि आपको फ्रंट लाइन में डालेंगे और आप सबको युद्ध लड़ना पड़ेगा। पता नहीं लड़ाई वास्ते भेजते, ट्रेनिंग ट्रूनिंग वास्ते पता नहीं हम। हमें किसी को भी अच्छे से बंदूक भी नहीं पकड़नी आती और ये हमें फ्रंट लाइन पर डालना चाहते हैं। ਟੂਰਿਸਟ ਵੀਜ਼ੇ ਤੇ ਰੂਸ ਗਏ ਨੌਜਵਾਨਾਂ ਨੂੰ ਧੋਖੇ ਦੇ ਨਾਲ ਫੌਜ 'ਚ ਸ਼ਾਮਿਲ ਕਰਕੇ ਯੂਕਰੇਨ ਖਿਲਾਫ ਜੰਗ ਤੇ ਭੇਜਿਆ ਜਾ ਰਿਹਾ। ਇਸ ਦਾ ਖੁਲਾਸਾ ਖੁਦ ਭਾਰਤੀ ਨੌਜਵਾਨ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਵੀਡੀਓਜ਼ ਜਾਰੀ ਕਰ ਰਹੇ ਨੇ। ਰੂਸੀ ਫੌਜੀ ਵਰਦੀ 'ਚ ਦਿਖ ਰਹੇ ਇਨ੍ਹਾਂ ਭਾਰਤੀ ਨੌਜਵਾਨਾਂ ਨੇ ਭਾਰਤ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ। ਇਨ੍ਹਾਂ ਨੌਜਵਾਨਾਂ ਦੇ ਵਿੱਚੋਂ ਪੰਜਾਬ ਦੇ 7 ਨੌਜਵਾਨ ਵੀ ਸ਼ਾਮਲ ਨੇ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਧੋਖੇ ਦੇ ਨਾਲ ਰੂਸੀ ਫੌਜ ਦੇ ਵਿੱਚ ਭਰਤੀ ਕੀਤਾ ਜਾ ਰਿਹਾ ਤੇ ਹੁਣ ਯੂਕਰੇਨ ਖਿਲਾਫ ਜੰਗ ਦੇ ਵਿੱਚ ਤੈਨਾਤ ਵੀ ਕੀਤਾ ਗਿਆ। ਵੀਡੀਓਜ਼ ਦੇ ਵਿੱਚ ਇਹ ਲੋਕ ਫੌਜ ਦੀ ਵਰਦੀ ਪਹਿਨੇ ਨਜ਼ਰ ਆ ਰਹੇ ਨੇ। ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਪਰਿਵਾਰ ਗੁਰਦਾਸਪੁਰ ਦੇ ਸਰਹੱਦੀ ਕਸਬਾ ਦੀਨਾ ਨਗਰ ਦੇ ਪਿੰਡ ਅਵਾਖਾ ਦੇ ਰਹਿਣ ਵਾਲੇ ਰਵਨੀਤ ਸਿੰਘ ਦਾ, ਜੋ ਬਿਹਤਰ ਭਵਿੱਖ ਦੇ ਲਈ 11 ਲੱਖ ਰੁਪਏ ਖਰਚ ਕਰ ਟੂਰਿਸਟ ਵੀਜ਼ੇ ਤੇ ਰੂਸ ਗਿਆ। ਏਜੰਟ ਨੇ ਧੋਖਾ ਦੇ ਦਿੱਤਾ ਤੇ ਰਸਤੇ ਦੇ ਵਿੱਚ ਹੀ ਛੱਡ ਦਿੱਤਾ। ਬੈਲਾਰੂਸ ਦੀ ਪੁਲਿਸ ਨੇ ਉਨ੍ਹਾਂ ਨੂੰ ਫੜ ਕੇ ਰੂਸੀ ਸੈਨਿਕਾਂ ਦੇ ਹਵਾਲੇ ਕਰ ਦਿੱਤਾ। ਇਨ੍ਹਾਂ ਸਿਪਾਹੀਆਂ ਨੇ ਉਨ੍ਹਾਂ ਨੂੰ ਜ਼ਬਰਦਸਤੀ ਆਪਣੀ ਫੌਜ ਦੇ ਵਿੱਚ ਭਰਤੀ ਕੀਤਾ ਤੇ ਹੁਣ ਉਹ ਯੂਕਰੇਨ ਦੇ ਖਿਲਾਫ ਜੰਗ ਲੜਨ ਦੇ ਲਈ ਮਜਬੂਰ ਕਰ ਰਹੇ ਨੇ। ਟੂਰਿਸਟ ਵੀਜ਼ੇ ਤੇ ਗਏ ਸੀ ਨਾ ਇੱਥੋਂ ਤੇ ਉਹ ਅੱਗੇ ਪਤਾ ਨਹੀਂ ਹੁਣ ਕਿਹੜੇ ਬੰਦੇ ਉਹਨਾਂ ਨੂੰ ਟੱਕਰੇ ਨਾ, ਸਾਨੂੰ ਤਾਂ ਇੰਨਾ ਵੀ ਨਹੀਂ ਪਤਾ ਕਿਹਦੇ ਨਾਲ ਫਿਰ ਅੱਗੇ ਗੱਲ ਉਹਨਾਂ ਦੀ ਹੋਈ ਆ ਨਹੀਂ ਹੋਈ, ਕਿੱਦਾਂ ਕਰਕੇ ਗਏ ਨਾ ਤੇ ਉਹ ਅੱਗੇ ਗਾਂਹ ਕਰਕੇ ਉਹਨਾਂ ਨੇ ਗਏ ਆ ਤੇ ਸਾਰੇ ਇਕੱਠੇ ਹੋ ਕੇ ਤੇ ਉਹ ਬਾਰਡਰ ਤੇ ਫੜ ਲਏ ਆ। ਆਰਮੀ ਨੇ ਪੁਲਿਸ ਵਾਲਿਆਂ ਨੇ ਫੜਿਆ ਤੇ ਪੁਲਿਸ ਵਾਲੇ ਕਹਿੰਦੇ 1-2 ਦਿਨ ਖਰੇ ਰੱਖੇ ਉੱਥੇ ਤੇ ਉਹਨਾਂ ਫਿਰ ਆਰਮੀ ਦੇ ਹਵਾਲੇ ਕਰ ਦਿੱਤੇ ਦੇ ਆ ਤੇ ਉੱਥੇ ਉਹ ਕਹਿੰਦੇ ਹੁਣ ਉਹਨਾਂ ਸਾਈਨ ਸੂਨ ਕਰਾ ਲਿਆ, ਕਹਿੰਦੇ ਜਾ ਤੁਸੀਂ 10 ਸਾਲ ਦੀ ਸਜ਼ਾ ਭੁਗਤੋ ਇੱਥੇ ਤੇ ਜਾ ਤੁਸੀਂ ਫਿਰ ਇੱਥੇ ਭਰਤੀ ਹੋ ਜਾਓ ਸਾਡੇ 'ਚ। ਹਾਂਜੀ ਤੇ ਫਿਰ ਮੁੰਡੇ ਕਹਿੰਦੇ ਵੀ ਅਸੀਂ ਹੁਣ ਨਾ ਅੱਗੇ ਜੋਗੇ ਨਾ ਪਿੱਛੇ ਜੋਗੇ ਤੇ ਅਸੀਂ 10 ਸਾਲ ਇੱਥੇ ਜੇਲ੍ਹ 'ਚ ਕਿੱਦਾਂ ਕੱਟਾਂਗੇ, ਵੀ ਨਾ ਰੋਟੀ ਨਾ ਪਾਣੀ ਦਿੰਦੇ ਉੱਥੇ ਤੇ ਇਹਦੇ ਨਾਲ ਤਾਂ ਅਸੀਂ ਫਿਰ ਆਰਮੀ ਦੇ ਅੰਡਰ ਹੀ ਠੀਕ ਹਾਂ ਤੇ ਫਿਰ ਉਹ ਵਿਚਾਰਿਆਂ ਉੱਥੇ ਚੱਲ ਗਏ ਫਿਰ ਤੇ ਉਹ ਬਾਕੀ ਮੁੰਡੇ ਹੁਣ ਟ੍ਰੇਨ 'ਚ ਟ੍ਰੇਨਿੰਗ ਕਰਨ ਭੇਜ ਦਿੱਤੇ ਦੇ ਤੇ ਇਹ 2 ਮੁੰਡੇ ਸਾਡੇ ਤੇ ਇਹ ਅਜੇ ਉਰੇ ਹੀ ਰੱਖੇ ਦੇ ਨੇ ਉਹਨਾਂ ਨੇ। ਉਹਦੀ ਉਮਰ ਘੱਟ ਸੀ, ਇੱਕ ਛੋਟਾ ਸੀ ਇੱਕ ਮੁੰਡਾ ਤੇ ਉਹ ਕੱਲ੍ਹ ਪਰਸੋਂ ਦੀ ਹੋ ਗਈ ਹੈ ਉਹਦੀ ਉਮਰ ਪੂਰੀ ਤੇ ਕੱਲ੍ਹ ਸਾਈਨ ਹੋ ਗਏ ਉਹਦੇ ਵੀ ਤੇ ਉਹਨਾਂ ਨੂੰ ਹੁਣ ਕਹਿੰਦੇ ਅਗਲੇ ਕੱਲ੍ਹ ਤੱਕ ਭੇਜ ਦੇਣਾ ਅੱਗੇ ਉੱਥੇ ਤੇ ਉਹਨਾਂ ਮੁੰਡਿਆਂ ਨੇ ਉਹਨਾਂ ਦੀ ਗੱਲ ਕਿਤੇ ਹੋਈ ਹੋਣੀ, ਉਹ ਕਹਿੰਦੇ ਵੀ ਸਾਨੂੰ ਉਹ ਜਿਹੜੇ ਅਗਲੇ ਮੁੰਡੇ ਨੇ ਉਹ ਹੋਰ ਕਿਤੇ ਅੱਗੇ ਭੇਜਣੇ ਨਾ ਉਹਨਾਂ ਤੇ ਹਾਂਜੀ ਪਤਾ ਨਹੀਂ ਹੁਣ ਲੜਾਈ 'ਚ ਭੇਜੇ ਕਿੱਥੇ ਭੇਜੇ ਸਾਨੂੰ ਨਹੀਂ ਪਤਾ ਤੇ ਉੱਦਾਂ ਵੀ ਜਿਹੜੀ ਜੂਨ 'ਚ ਪਹਿਲਾਂ ਸੀ ਨਾ ਉਹ ਟ੍ਰੇਨਿੰਗ ਦੇ ਕਰਦੇ ਤਾਂ ਉਹ ਜੂਨਟ ਤੋਂ ਹੁਣ ਅੱਗੇ ਭੇਜਣੇ ਆ ਉਹ ਤੇ ਇਹ ਕਹਿੰਦੇ ਵੀ ਸਾਨੂੰ ਕਿੱਥੇ ਭੇਜਣਗੇ, ਇਹ ਕਹਿੰਦੇ ਵੀ ਤੁਹਾਨੂੰ ਵੀ ਸ਼ਾਇਦ ਜੇ ਉੱਥੇ ਹੀ ਭੇਜਣਾ ਤਾਂ ਕਹਿੰਦੇ ਸਾਨੂੰ ਤਾਂ ਕੋਈ ਪਤਾ ਨਹੀਂ ਲੱਗਦਾ, ਗੱਲ ਦਾ ਨਹੀਂ ਪਤਾ ਲੱਗਦਾ ਉਹਨਾਂ ਦੀ ਕੁਛ ਨਹੀਂ, ਕਹਿੰਦੇ ਉੱਥੇ ਵੀ ਮੁੰਡੇ ਰੱਖੇ ਦੇ ਟ੍ਰਾਂਸਲੇਟ ਕਰਨ ਵਾਸਤੇ ਤੇ ਉਹ ਗੱਲ ਗੁੱਲ ਸਮਝਾ ਦਿੰਦੇ ਨਾ ਤੇ ਕਹਿੰਦੇ ਪਤਾ ਨਹੀਂ ਕੱਲ੍ਹ ਤੱਕ ਕਹਿੰਦੇ ਉੱਥੇ ਨਾ ਭੇਜ ਦੇਣਾ ਉਹਨਾਂ ਨੂੰ ਵੀ। ਹਾਂਜੀ ਪਤਾ ਨਹੀਂ ਲੜਾਈ ਵਾਸਤੇ ਭੇਜਦੇ ਟ੍ਰੇਨਿੰਗ ਟਰੂਨਿੰਗ ਵਾਸਤੇ ਪਤਾ ਨਹੀਂ ਸਾਨੂੰ, ਤੁਸੀਂ ਕੀ ਚਾਹੁੰਦੇ ਹੋ? ਅਸੀਂ ਤਾਂ ਚਾਹੁੰਦੇ ਸਾਡੇ ਮੁੰਡੇ ਵਾਪਸ ਭੇਜ ਦਿਓ ਉਹਨਾਂ ਨੂੰ ਘਰ ਆ ਜਾਣ, ਆਹੋ ਬੇਨਤੀ ਕਰਨੀ ਅਸੀਂ ਤਾਂ। ਤੇ ਘਰੋਂ ਬੱਚਾ ਕਿਹੜੀ ਕੰਟਰੀ ਵਾਸਤੇ ਨਿਕਲਿਆ ਮਾਤਾ ਜੀ? ਕੰਟਰੀ ਕੁੰਟਰੀ ਤਾਂ ਉੱਦਾਂ ਕੀ ਹੈ ਪਰ ਹੁਣ ਪਤਾ ਨਹੀਂ ਉਹ ਟੂਰਿਸਟ ਵੀਜ਼ੇ ਤੇ ਗਿਆ ਕਿੱਥੇ ਜਾਣਾ ਸੀ ਉਹਨਾਂ, ਮੈਨੂੰ ਇੰਨਾ ਵੀ ਨਹੀਂ ਚੇਤਾ ਹੈਗਾ ਤੇ ਅੱਗੇ ਜਾ ਕੇ ਪੈਸੇ ਤਾਂ ਲੱਗ ਗਏ ਸਾਡੇ 10-11 ਲੱਖ ਰੁਪਏ ਲੱਗ ਗਿਆ ਸੀ। ਹਾਂਜੀ ਗਜੀ ਹਾਂ ਗਰੀਬ ਹੀ ਅਸੀਂ ਮਾੜੇ ਬੰਦੇ ਹਾਂ। ਹਾਂਜੀ ਕਰਜ਼ਾ ਚੁੱਕ ਕੇ ਗਿਆ ਸੀ। ਅਸੀਂ ਆਹੋ ਫੀਲ ਕਰਨੇ ਆ ਵੀ ਸਾਡੀ ਮਦਦ ਹੋ ਜੇ ਤੇ ਸਾਡੇ ਬੱਚੇ ਵਾਪਸ ਆ ਜਾਣ ਘਰ ਭੇਜ ਦੇਣ।
ਮੇਰਾ ਨਾਂ ਨਵਦੀਪ ਕੌਰ ਆ, ਮੇਰੇ ਵੀਰ ਦਾ ਨਾਂ ਰਵਨੀਤ ਸਿੰਘ। ਵੀਰ ਸਾਡੇ ਨੂੰ ਘਰੋਂ ਗਿਆ ਨੂੰ 4-5 ਮਹੀਨੇ ਹੋ ਗਏ ਆ, ਅਤੇ ਉਹ ਇੱਥੋਂ ਕਹਿ ਗਏ ਅਤੇ ਗਏ ਵੀ ਟੂਰਿਸਟ ਵੀਜ਼ੇ 'ਤੇ ਜਾਣਾ ਵਾ ਗਾੜੀ। ਅਤੇ ਜਦੋਂ ਘਰੋਂ ਗਏ ਮਤਲਬ ਗਾਂਹ ਨੂੰ ਜਾਣ ਨੂੰ ਨਿਕਲੇ ਸੀ, ਅਤੇ ਉਹਨਾਂ ਨੇ ਕਿਹਾ ਕਹਿ ਕੇ ਗਈ ਵੀ ਮੰਮੀ ਅਸੀਂ ਅਸੀਂ ਨਿਕਲਣ ਲੱਗੇ ਹਾਂ ਗਾਂਹ ਨੂੰ, ਅਤੇ ਹੈ ਨਾ ਵੀ ਘੁੰਮਣ ਘਾਮਣ ਜੋ ਵੀ ਹੈ। ਅਤੇ ਉਸ ਤੋਂ ਬਾਅਦ ਉਹਨਾਂ ਦਾ ਫੋਨ ਫਾਨ ਆਉਣਾ ਬੰਦ ਹੋ ਗਿਆ, ਨੈੱਟ ਔਫ ਹੋ ਗਿਆ, ਕਾਫੀ ਦਿਨ ਹਫ਼ਤਾ ਡੇਢ ਹਫ਼ਤਾ ਹੋ ਗਿਆ ਨੈੱਟ ਨਹੀਂ ਔਨ ਹੋਇਆ। ਅਤੇ ਜਦੋਂ ਨੈੱਟ ਔਨ ਹੋਇਆ, ਨੈੱਟ ਔਨ ਕੀਤਾ ਉਹਨਾਂ ਨੇ, ਫਿਰ ਉਹਨਾਂ ਦੇ ਦੋਸਤਾਂ ਨੇ ਵੀ ਮਤਲਬ ਸਾਨੂੰ ਨੰਬਰ ਸੀਗੇ, ਉਹਨਾਂ ਨੇ ਵੀ ਕਿਹਾ ਵੀ ਅਸੀਂ ਵੀ ਇੱਦਾਂ ਦਾ ਫਸੇ ਦੇ, ਸਾਨੂੰ ਯਕੀਨ ਨਹੀਂ ਆ। ਫਿਰ ਥੋੜ੍ਹੇ ਕੁ ਦਿਨਾਂ ਬਾਅਦ ਫਿਰ ਰਵਨੀਤ ਦਾ ਵੋਇਸ ਮੈਸੇਜ ਆਇਆ ਵੀ ਇੱਦਾਂ ਦਾ ਮੰਮੀ ਵੀ ਸਾਨੂੰ ਅਸੀਂ ਕਰੋਸ ਕੀ ਲੱਗਿਆ, ਕਰੋਸ ਕਰਨ ਲੱਗੇ ਹਾਂ, ਕੀ ਕੁਛ ਲੱਗੇ ਹਾਂ ਕਰਨ, ਅਤੇ ਮੰਮੀ ਸਾਨੂੰ ਤਾਂ ਬੰਦੇ ਮਿਲਿਆ, ਅਤੇ ਉਹਨਾਂ ਨੇ ਨਾ ਸਾਨੂੰ ਕਿਹਾ ਵਾ ਇੰਨੀ ਗੱਲ ਵੀ ਬੰਦੇ ਮਿਲੇ, ਅਤੇ ਉਹਨਾਂ ਨੇ ਨਾ ਸਾਨੂੰ ਇੰਨੀ ਗੱਲ ਕਹੀ ਹੈ ਵੀ ਅਸੀਂ ਤੁਹਾਨੂੰ ਇੱਥੇ ਸਿਕਿਉਰਿਟੀ ਗਾਰਡ ਜਾਂ ਕੋਈ ਹੈਲਪਰ ਹੁਲਪਰ ਦੀ ਜਿੱਦਾਂ ਆਰਮੀ 'ਚ ਹੈਲਪਰ ਹੁੰਦੇ ਆ, ਅਤੇ ਉਹਦੀ ਜੋਬ ਔਫਰ ਦਿੱਤੀ ਹੈ। ਅਤੇ ਮੰਮਾ ਇਹਨਾਂ ਨੇ ਮੰਥਲੀ ਸੈਲਰੀ ਵੀ ਹੈਗੀ ਹੈ, ਅਤੇ ਹੋਰ ਪਤਾ ਨਹੀਂ ਕੀ ਜੋ ਵੀ ਫੈਸਿਲਿਟੀ ਦਿੱਤੀਆਂ ਆ, ਰੋਟੀ ਪਾਣੀ ਹਾਂ ਵਿੱਚ ਸਭ ਕੁਛ ਆ। ਅਤੇ ਮੰਮੀ ਕਾਫੀ ਜਣੇ ਆ ਹੈ ਨਾ, ਅਤੇ ਇਹਨਾਂ ਨੇ ਸਾਨੂੰ ਇੱਥੇ ਭਰਤੀ ਕਰ ਲਿਆ। ਹੁਣ ਉਸ ਤੋਂ ਗਾਂਹ ਮਤਲਬ ਉਸ ਤੋਂ ਬਾਅਦ ਸਾਡੀ ਗੱਲ ਹੀ ਨਹੀਂ ਹੋਈ ਉਹਦੇ ਨਾਲ ਵੀ ਕੀ ਕਿੱਦਾਂ ਉਹਨਾਂ ਨੂੰ ਗਾਂਹ ਭਰਤੀ ਕੀਤਾ, ਕੀ ਕੀਤਾ ਕੀ ਨਹੀਂ ਕੀਤਾ, ਉਸ ਤੋਂ ਸਾਡੀ ਗੱਲ ਹੀ ਨਹੀਂ ਹੋਈ ਉਹਨਾਂ ਦੇ ਨਾਲ। ਉਧਰ ਟਵਿੱਟਰ ਤੇ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਗਗਨਦੀਪ ਸਿੰਘ ਨਾਮੀ ਨੌਜਵਾਨ ਆਪਣੀ ਹੱਡਬੀਤੀ ਬਿਆਨ ਕਰ ਰਿਹਾ ਤੇ ਭਾਰਤ ਸਰਕਾਰ ਤੋਂ ਮਦਦ ਦੀ ਗੁਹਾਰ ਵੀ ਲਗਾ ਰਿਹਾ। ਨਮਸਕਾਰ, ਹਮ ਸਭ ਸਾਥੀ ਰਸ਼ੀਆ ਘੁੰਮਣ ਕੇ ਲਈ ਆਏ ਥੇ ਨਵੇਂ ਸਾਲ ਪਰ, ਔਰ ਹਮੇ ਯਹਾਂ ਪਰ ਇੱਕ ਏਜੰਟ ਮਿਲਾ, ਉਸਨੇ ਹਮੇ ਯਹਾਂ ਪਰ ਘੁਮਾਇਆ ਫਿਰਾਇਆ ਰਸ਼ੀਆ ਮੇਂ, ਔਰ ਵੋ ਬਾਅਦ ਮੇਂ ਹਮੇ ਬੋਲਾ ਕਿ ਮੈਂ ਆਪ ਸਬਕੋ ਬੈਲਾਰੂਸ ਕੇ ਲੀਏ ਲੈ ਚਲਤਾ ਹੂੰ, ਵਹਾਂ ਪਰ ਆਪ ਸਬਕੋ ਘੁਮਾ ਫਿਰਾ ਕੇ ਲਾਤਾ ਹੂੰ। ਔਰ ਵੋ ਹਮੇ ਬੈਲਾਰੂਸ ਲੈ ਕੇ ਚਲਾ ਗਿਆ, ਹਮੇ ਇਸ ਬਾਤ ਕਾ ਨਹੀਂ ਪਤਾ ਥਾ ਵਹਾਂ ਪਰ ਵੀਜ਼ੇ ਕੀ ਜ਼ਰੂਰਤ ਹੋਤੀ ਹੈ, ਵੋ ਹਮੇ ਐਸੇ ਹੀ ਲੈ ਕੇ ਚਲਾ ਗਿਆ। ਔਰ ਵਹਾਂ ਜਾ ਕਰ ਹਮਸੇ ਵੋ ਪੈਸੇ ਮੰਗਣੇ ਲੱਗਾ, ਮਤਲਬ ਜੋ ਉਸਨੇ ਪਹਿਲੇ ਪੈਸੇ ਮੰਗੇ ਥੇ ਹਮਨੇ ਵੋ ਦੇ ਦੀ, ਉਸਕੇ ਬਾਅਦ ਔਰ ਪੈਸੇ ਮੰਗਣੇ ਲੱਗਾ, ਹਮਾਰੇ ਪਾਸ ਔਰ ਪੈਸੇ ਨਹੀਂ ਥੇ, ਉਸਨੇ ਹਮਕੋ ਨਾ ਵਹੀਂ ਪਰ ਬੈਲਾਰੂਸ ਹਾਈਵੇ ਪਰ ਛੋੜ ਦਿਆ, ਔਰ ਵਹਾਂ ਫਿਰ ਹਮਕੋ ਪੁਲਿਸ ਨੇ ਪਕੜ ਲਿਆ, ਪੁਲਿਸ ਨੇ ਪਕੜ ਕਰ ਰਸ਼ੀਆ ਆਰਮੀ ਕੋ ਦੇ ਦਿਆ ਹਮੇ। ਰਸ਼ੀਆ ਆਰਮੀ ਨੇ ਹਮੇ ਪਤਾ ਨਹੀਂ ਕਹਾਂ ਪਰ ਰੱਖਾ, 3-4 ਦਿਨ ਰੱਖਾ, ਔਰ ਹਮਾਰੇ ਅੱਗੇ ਇੱਕ ਹਮਾਰੀ ਭਾਸ਼ਾ ਵਾਲਾ ਬੰਦਾ ਆਇਆ, ਮਤਲਬ ਉਸੇ ਫੋਨ ਪਰ ਬਾਤ ਕਰਵਾਈ, ਔਰ ਹਮਾਰੇ ਅੱਗੇ ਸ਼ਰਤ ਰੱਖੀ, ਯਾ ਤੋ ਆਪ ਸਬਕੋ 10 ਸਾਲ ਕੀ ਜੇਲ ਹੋਗੀ ਯਾ ਫਿਰ ਹਮਾਰੇ ਸਾਥ ਇੱਕ ਕੰਟਰੈਕਟ ਸਾਈਨ ਕਰ ਲਓ, ਜਿਸ ਮੇਂ ਆਪਕੋ ਕੁਛ ਨਹੀਂ ਕਰਨਾ ਹੈ, ਆਪਕੋ ਮਤਲਬ ਹੈਲਪਰ ਕੀ ਜੋਬ ਮਿਲੇਗੀ ਖਾਣਾ ਵਗੈਰਾ ਬਣਾਉਣੇ ਮੇਂ, ਯਾ ਡਰਾਈਵਰ ਵਗੈਰਾ ਕੀ ਕੋਈ ਐਸੀ ਜੋਬ ਮਿਲੇਗੀ, ਆਪ ਹਮਾਰੇ ਸਾਥ ਕੰਟਰੈਕਟ ਸਾਈਨ ਕਰ ਲਓ। ਤੋ ਹਮਨੇ ਉਹ ਕੰਟਰੈਕਟ ਕਰ ਲਿਆ, ਉਹ ਉਨਕੀ ਭਾਸ਼ਾ ਮੇਂ ਥਾ, ਹਮੇਂ ਨਹੀਂ ਪਤਾ ਥਾ ਉਸਮੇਂ ਕਿਆ ਕਿਆ ਲਿਖਾ ਹੈ। ਔਰ ਉਸਕੇ ਬਾਅਦ ਉਹਨੇ ਹਮੇਂ ਟ੍ਰੇਨਿੰਗ ਸੈਂਟਰ ਪਰ ਡਾਲ ਦਿਆ, ਵਹਾਂ ਹਮੇਂ ਜਾ ਕੇ ਪਤਾ ਚਲਾ ਵੀ ਹਮਾਰੇ ਸਾਥ ਦੁੱਖ ਹੋਇਆ ਹੈ, ਉਹਨੇ ਹਮੇਂ ਆਰਮੀ ਮੇਂ ਭਰਤੀ ਕਰ ਲਿਆ ਹੈ, ਵਹਾਂ ਪਰ ਹਮਾਰੇ ਸਾਥ ਟ੍ਰੇਨਿੰਗ ਦੀ ਗਈ। ਟ੍ਰੇਨਿੰਗ ਦੇਣੇ ਕੇ ਬਾਅਦ ਹਮੇਂ ਯਹਾਂ ਪਰ ਯੂਕਰੇਨ ਛੋੜ ਦਿਆ ਗਿਆ, ਯੂਕਰੇਨ ਹਮਾਰੇ ਸਾਥ ਹਮਾਰੇ ਜੋ ਸਾਥੀ ਥੇ ਉਨਕੋ ਨਾ ਫਰੰਟ ਲਾਈਨ ਪਰ ਡਾਲ ਦਿਆ ਗਿਆ, ਹਮਾਰੇ ਸਾਥ ਹੋਰ ਵੀ ਸਾਥੀ ਥੇ, ਔਰ ਹਮ 7 ਬੰਦੇ ਹੈ ਜੋ ਕਿ ਇੱਕ ਜਾਂ ਦੋ ਦਿਨ ਕੇ ਅੰਦਰ ਹਮੇ ਵੀ ਕਹਿ ਰਹੇ ਹੈ ਕਿ ਆਪਕੋ ਫਰੰਟ ਲਾਈਨ ਮੇਂ ਡਾਲੇਂਗੇ, ਔਰ ਆਪ ਸਬਕੋ ਯੁੱਧ ਲੜਨਾ ਪੜੇਗਾ, ਹਮਾਰੀ ਹਮ ਬਿਲਕੁਲ ਵੀ ਯੁੱਧ ਕੇ ਲੀਏ ਨਹੀਂ ਤਿਆਰ ਹੈ, ਹਮੇ ਕਿਸੀ ਕੋ ਵੀ ਅੱਛੇ ਸੇ ਬੰਦੂਕ ਵੀ ਨਹੀਂ ਪਕੜਨੇ ਆਤੀ, ਔਰ ਯਾ ਹਮੇ ਫਰੰਟ ਲਾਈਨ ਪਰ ਡਾਲਣਾ ਚਾਹਤੇ ਹੈ। ਹਮਾਰੀ ਇੰਡੀਆ ਨੇ ਮੈਸੇਜ ਹੈ ਔਰ ਭਾਰਤ ਸਰਕਾਰ ਸੇ ਆਸਾ ਹੈ ਕਿ ਹਮੇ ਸਬਕੋ ਯਹਾਂ